ਹਾਂਜੀ ਭਾਅ ਜੀ, ਕੀ ਨਾਮ ਆ ਤੁਹਾਡਾ? ਕੋਟ ਮੰਗਲ ਸਿੰਘ ਵਿੱਚ ਇੱਕ ਘੰਟਾ ਪਹਿਲਾਂ ਮੈਨੂੰ ਪਤਾ ਲੱਗਿਆ ਕਿ ਵੀ ਉੱਥੇ ਬਰਸਾਤ ਦੇ ਕਾਰਨ ਸ਼ੈੱਡ ਗਿਰ ਗਿਆ ਜਿਹੜਾ ਪਿਆ ਹੋਇਆ ਸੀ ਨਗਰ ਨਿਗਮ ਦੇ ਅਧਿਕਾਰੀਆਂ ਦੇ ਲਈ, ਆਪਾਂ ਜਿੱਥੇ ਅਸੀਂ ਪਹਿਲਾਂ ਪੁਰਾਣਾ ਪੰਪ ਹੁੰਦਾ ਸੀਗਾ, ਅਤੇ ਜਿੱਦਾਂ ਹੀ ਮੈਨੂੰ ਪਤਾ ਲੱਗਿਆ ਮੈਂ ਉਸੇ ਵੇਲੇ ਹੀ ਇੱਥੇ ਆਇਆ ਅਤੇ ਦੇਖਿਆ ਕਿ ਹਾਲਤ ਬਹੁਤ ਮਾੜੀ ਆ। ਮੁਲਾਜ਼ਮਾਂ ਦੇ ਜਿਹੜੇ ਇੱਥੋਂ ਦੇ ਨੇ ਉਹਨਾਂ ਦੇ ਕਾਫੀ ਸੱਟਾਂ ਲੱਗੀਆਂ ਨੇ, ਅਤੇ ਦੇਖਿਆ ਜਾਵੇ ਤਾਂ ਜਿਹੜਾ ਦੂਜੇ ਪਾਸੇ ਪੰਪ ਜਿਹੜਾ ਪੁਰਾਣਾ ਵਾ ਉਹਦਾ ਲੈਂਟਰ ਪਿਆ ਹੋਇਆ, ਬਾਈ ਚਾਂਸ ਕਿਤੇ ਉਹ ਟੁੱਟ ਡਿੱਗ ਜਾਵੇ। ਉਹਦਾ ਤੁਸੀਂ ਅੰਦਰ ਹਾਲ ਦੇਖੋ ਕਿ ਟੋਟਲ ਹੀ ਲੀਕੇਜ ਸਾਰੀ ਕਰ ਰਿਹਾ ਵਾ ਅਤੇ ਪਾਣੀ ਅੰਦਰ ਤੱਕ ਭਰਿਆ ਪਿਆ ਵਾ। ਉਹ ਪੰਪ ਦੇ ਅੰਦਰ ਪਾਣੀ ਜਿਹੜਾ ਬਰਸਾਤੀ ਪਾਣੀ ਉਹ ਸਾਰਾ ਪੰਪ ਦੇ ਵਿੱਚ ਜਾ ਰਿਹਾ, ਅਤੇ ਉਹ ਕਿੱਦਾਂ ਇਹ ਇੱਥੇ ਚੱਲੂਗਾ ਸਿਸਟਮ? ਅਤੇ ਮੈਂ ਚਲੋ ਰੱਬ ਦੇ ਅੱਗੇ ਇਹੀ ਅਰਦਾਸ ਕਰਦਾ, ਕਿਉਂਕਿ ਸਰਕਾਰਾਂ ਤਾਂ ਹੁਣ ਕੁਝ ਨਹੀਂ ਕਰਦੀਆਂ, ਰੱਬ ਨੇ ਇਹਨਾਂ ਨੂੰ ਬਚਾ ਰੱਖਿਆ, ਅਤੇ ਅਸੀਂ ਸਰਕਾਰ ਅੱਗੇ ਅਤੇ ਨਗਰ ਨਿਗਮ ਜਿਹੜੇ ਇਸ ਟਾਈਮ ਜ਼ੋਨ ਕਮਿਸ਼ਨਰ ਨੇ ਉਹਨਾਂ ਅੱਗੇ ਮੰਗ ਕਰਾਂਗੇ ਕਿ ਜਿਹੜੇ ਇਹਨਾਂ ਦਾ ਨੁਕਸਾਨ ਹੋਇਆ ਵਾ ਉਹ ਜਲਦੀ ਤੋਂ ਜਲਦੀ ਭਰਵਾਈ ਕੀਤੀ ਜਾਵੇ। ਅਤੇ ਮੈਨੂੰ ਹੁਣ ਪਤਾ ਲੱਗਿਆ ਵੇ ਕਿ 6-7 ਮਹੀਨੇ ਤੋਂ ਵਿਚਾਰਿਆਂ ਨੂੰ ਤਨਖਾਹਾਂ ਵੀ ਨਹੀਂ ਮਿਲੀਆਂ। ਸਰਕਾਰ ਅੱਗੇ ਮੰਗ ਆ ਕਿ ਜਿਹੜੇ ਉੱਪਰਲੇ ਖਰਚੇ ਆ ਤੁਸੀਂ ਬੰਦ ਕਰਕੇ ਇਹਨਾਂ ਵੱਲ ਧਿਆਨ ਦੇਵੋ, ਜਿਹੜੇ ਇਹ ਸਾਰਾ ਦਿਨ ਸਫਾਈ ਦੇ ਆਪਣੇ ਏਰੀਏ ਨੂੰ ਚਮਕਾ ਕੇ ਰੱਖਦੇ ਨੇ। ਅਸੀਂ ਲੋਕ ਨਹੀਂ ਚਮਕਾ ਕੇ ਰੱਖਦੇ, ਇਹ ਲੋਕ ਜ਼ਿਆਦਾ ਚਮਕਾ ਕੇ ਰੱਖਦੇ ਨੇ ਇਸ ਏਰੀਏ ਨੂੰ। ਇਸ ਕਰਕੇ ਇਹਨਾਂ ਦੀ ਸਹਾਇਤਾ ਵੱਧ ਤੋਂ ਵੱਧ ਕੀਤੀ ਜਾਵੇ। ਮੈਂ ਆਪਣੇ ਵੱਲੋਂ ਵੀ ਜੋ ਇਹਨਾਂ ਦਾ ਹੋਊਗਾ ਮਾਨ ਧਾਨ ਕਰ ਸਕਦਾ ਹੋਇਆ ਮੈਂ ਕਰਾਂਗਾ, ਕਿਉਂਕਿ ਇਹ ਵਿਚਾਰੇ ਇਹਨਾਂ ਕੋਲ ਤਨਖਾਹਾਂ ਹੀ ਨਹੀਂ ਜਦੋਂ ਆਈਆਂ, ਅਤੇ ਆਪਣੇ ਕੋਲੋਂ ਕਿੱਥੋਂ ਇਲਾਜ ਕਰਾਂ? ਤੁਸੀਂ ਆਪਣੇ ਤੌਰ ਦੇ ਉੱਤੇ ਕਹਿੰਦੇ ਉੱਚ ਅਧਿਕਾਰੀਆਂ ਨਾਲ ਕੰਟੈਕਟ ਕਰੋਗੇ ਹੁਣ? ਹਾਂ, ਮੈਂ ਉਹਨਾਂ ਜ਼ੋਨ ਕਮਿਸ਼ਨਰ ਸਾਹਿਬ ਨੂੰ ਵੀ ਹੁਣ ਫੋਨ ਕਰ ਰਿਹਾ ਵਾਂ, ਅਤੇ ਇਹਨੇ ਕਹਿੰਦੇ ਵੀ ਇਹ ਵੀ ਕਰ ਚੁੱਕੇ ਨੇ, ਅਤੇ ਇਸ ਕਰਕੇ ਅਸੀਂ ਵੱਧ ਤੋਂ ਵੱਧ ਇਹਨਾਂ ਦੀ ਜਿੰਨੀ ਵੀ ਹੈਲਪ ਹੋ ਸਕਦੀ। ਚੀਮਾ ਸਾਹਿਬ, ਅੱਜ ਇੱਕ ਜਿਹੜਾ ਕਾਰਪੋਰੇਸ਼ਨ ਦਾ ਕਹਿੰਦੇ ਉਹ ਸ਼ੈੱਡ ਬਣਾ ਗਿਆ, ਉਹ ਡਿੱਗ ਪਿਆ ਅਤੇ ਬੱਚਿਆਂ ਦੀ ਜਾਨ ਵੱਧ ਗਈ, ਜਿਹੜੇ ਬੰਦੇ ਥੱਲੇ ਖੜੇ ਸੀਗੇ। ਕੀ ਕਹਿਣਾ ਚਾਹ ਰਹੇ ਹੋ ਤੁਸੀਂ ਇਹਨਾਂ ਬਾਰੇ? ਮੰਦੀ ਮਤਲਬ ਕੰਮ ਹੋਇਆ, ਜਿਹੜਾ ਇਹਦਾ ਕੰਮ ਹੋਇਆ, ਇੱਕਦਮ ਥੱਲੇ ਮੈਂਬਰ ਸਾਡੇ ਸਾਰੇ ਸਫਾਈ ਸੇਵਕ ਬੈਠੇ ਸੀ, ਸੀਰੇਜ ਵਾਲੇ ਬੈਠੇ ਸੀ, ਗੁਰੂ ਨੇ ਕਿਰਪਾ ਕੀਤੀ ਜਿਹਨਾਂ ਨੇ ਜਾਨ ਬਚਾਈ ਹੈ। ਸਾਰੇ ਹਾਈ ਕਮਾਂਡ ਦੇ ਜਿੰਨੇ ਸਾਡੇ ਅਫਸਰ ਨੇ, SC ਨੇ, ਕਮਿਸ਼ਨਰ ਨੇ, ਉਹਨਾਂ ਨੂੰ ਸਾਰਿਆਂ ਨੂੰ ਕਾਲ ਕਰਤੀ ਹੈ। ਇਹ ਬਹੁਤ ਬਚਾਅ ਹੋ ਗਿਆ, ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇੱਥੇ ਮੈਨੂੰ ਲੱਗਦਾ ਨਹੀਂ ਕਿ ਕੋਈ ਮੁਲਾਜ਼ਮ ਆਇਆ ਹੋਵੇ। ਸਵੇਰ ਦਾ ਕੋਈ ਹੈ ਬੰਦਾ ਇੱਥੇ SCO ਜਾਂ ਐਕਸ਼ਨ? ਹੁਣ ਇਹ ਆ ਵੀ ਇਹ ਜਿਹੜਾ ਟੁੱਟ ਗਿਆ, ਬਚਾਅ ਹੋ ਗਿਆ, ਇਹਦਾ ਕੋਈ ਹੱਲ ਅਸੀਂ ਕਰਕੇ ਛੱਡ ਜਿਹੜਾ ਪਵਾ ਕੇ ਦਿੰਦੇ ਹਾਂ, ਕਿਤੇ ਭਾਵੇਂ ਆਪਣੀ ਜੇਬ ਤੋਂ ਕਰਕੇ ਲਈਏ। ਅਸੀਂ ਪਿਛਲੇ 10 ਸਾਲ ਤੋਂ ਤੁਸੀਂ ਕੌਂਸਲਰ ਰਹੇ ਹੋ, ਅਤੇ ਤੁਸੀਂ ਪਹਿਲਾਂ ਵੀ ਕਰਵਾ ਸਕਦੇ ਸੀਗੇ ਹਾਦਸਾ ਹੋਣ ਤੋਂ ਜਿਹੜੇ ਕੋਈ ਹੋ ਰਿਹਾ ਸੀ ਜਿਹੜੇ ਕੋਈ ਵੀ ਹਾਦਸਾ ਹੁੰਦਾ ਉਹਦੇ ਬਾਅਦ ਹੁਣ ਵੀ ਗੱਲ ਕੀਤੀ ਆ ਉਹਨਾਂ ਨਾਲ, ਮੈਂ ਕਿਹਾ ਛੱਡ ਡਿੱਗ ਪਿਆ ਅਤੇ ਉਹ ਮੈਨੂੰ ਅੱਗੋਂ ਕਹਿ ਰਹੇ ਨੇ ਵੀ ਗੱਲ ਸੁਣੋ, ਅਸੀਂ ਤਾਂ ਸਮਾਨ ਚੁੱਕ ਕੇ ਲੈ ਜਾਂਦੇ ਹਾਂ, ਸਟੋਰ 'ਚ ਰੱਖ ਲੈਂਦੇ ਹਾਂ, ਅਤੇ ਤੁਸੀਂ ਜਾਂ ਆਪਣੇ ਕੋਲੋਂ ਬਣਾ ਲਓ ਅਤੇ ਜਾਂ ਫਿਰ ਐਸਟੀਮੇਟ ਬਣੇਗਾ ਲੰਬਾ ਸਮਾਂ ਲੱਗੂ। ਜੇ ਅਸੀਂ ਉਹਨੂੰ ਲੰਬਾ ਸਮਾਂ ਲਾਉਣਾ ਤਾਂ ਫਿਰ ਕੋਈ ਨਾ ਕੋਈ 40-50 ਲੱਖ ਲੱਗੇ, 40-50 ਹਜ਼ਾਰ ਲੱਗੂ, ਲੱਖ ਲੱਗ ਜੂ, ਅਸੀਂ ਕੋਲੋਂ ਲਾ ਲਾਂਗੇ। ਬੱਚੇ ਨਾਲ ਬੈਠਣ ਵਾਸਤੇ ਕੋਈ ਜਗ੍ਹਾ ਬਣਾਉਣੀ ਹੈ, ਜਿਹੜੇ ਮੁਲਾਜ਼ਮ ਨੇ ਸਾਡੇ 'ਚ, ਸਾਡੀ ਮਸ਼ੀਨਰੀ ਇੱਥੇ ਆ, ਸਾਡੇ ਹੈਲਥ ਦੇ ਟੈਂਪੂ ਇੱਥੇ ਨੇ, ਟਰੈਕਟਰ ਨੇ, ਇਹਦਾ ਕੋਈ ਹੱਲ ਕਰਾਂਗੇ। ਜੇ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਉਹਦੇ ਭਰਵਾਈ ਕਰਨੀ ਬਹੁਤ ਔਖੀ ਆਪਦਾ, ਇਹਦਾ ਪ੍ਰਸ਼ਾਸਨ ਨੂੰ ਚਾਹੀਦਾ ਜਿੱਥੇ ਵੀ ਬਿਲਡਿੰਗਾਂ ਮਾੜੀਆਂ ਨੇ ਉਹਦਾ ਕੁਛ ਕਰਨ, ਕੋਈ ਕਰਦੇ ਹੀ ਨਹੀਂ। ਤੁਸੀਂ 10 ਸਾਲ ਤੱਕ ਲਗਾਤਾਰ ਕਹਿੰਦੇ ਰਹੇ ਇੱਥੇ ਕੌਂਸਲਰ ਸਾਹਿਬ, ਜਿੱਦਾਂ ਸ਼ੈੱਡ ਦਾ ਹਾਲ ਦੇਖਿਆ ਸੀ, ਦੂਜੇ ਦਾ ਹਾਲ ਦੇਖਿਆ, ਤੁਸੀਂ ਦੇਖਦੇ ਇੱਥੇ ਇੱਕ ਸਟੋਰ ਬਣਿਆ, ਕਿਸੇ ਕੌਂਸਲਰ ਦੇ ਇਲਾਕੇ 'ਚ ਸਟੋਰ ਹੀ ਹੈ, ਟਰੈਕਟਰ ਖੜੇ ਕਰਨ ਵਾਸਤੇ ਉੱਥੇ ਜਿਹਨਾਂ ਕੋਲ ਕੋਈ ਸਟੋਰ ਹੀ ਹੈ ਨਹੀਂ ਖੜੇ ਕਰਨ ਵਾਸਤੇ, ਤੁਸੀਂ ਕੋਈ ਠੀਕ ਕਰੋ, ਤਾਰਾਂ ਇਹਨਾਂ ਦੀਆਂ ਖਰਾਬ ਨੇ, ਕੋਈ ਕੇਬਲਾਂ ਸਹੀ ਨਹੀਂ ਗਿਆ, ਲੱਗੀਆਂ। ਸਰ ਤੁਸੀਂ ਕਹਿੰਦੇ ਜਿਹੜੇ ਕੌਂਸਲਰ ਸੀਗੇ, ਤੁਸੀਂ ਮੌਜੂਦਾ ਕੌਂਸਲਰ ਸੀਗੇ, ਤੇ ਉਸ ਟਾਈਮ ਦੇ ਤੁਸੀਂ ਕਿਉਂ ਨੀ ਐਸਟੀਮੇਟ ਭੇਜਿਆ ਬਣਾ ਕੇ? ਐਸਟੀਮੇਟ ਅਸੀਂ ਨਹੀਂ ਬਣਾ ਸਕਦੇ, ਅਸੀਂ ਉਹਨੂੰ ਕਹਿ ਸਕਦੇ ਹਾਂ ਤੁਸੀਂ ਇਹ ਤਾਰਾਂ ਟੁੱਟੀਆਂ ਨੇ ਜਾਂ ਲੱਗੀਆਂ ਨੇ, ਇਹਨੂੰ ਕਰੋ। ਪਰ ਉਹ ਜਦੋਂ ਐਸਟੀਮੇਟ ਬਣਾਉਂਦੇ ਹੀ ਨਹੀਂ, ਅੱਗੋਂ ਠੇਕੇ ਦਿੱਤੇ ਨੇ, 10-7 6 ਸਾਲ ਤੋਂ ਠੇਕਾ ਚੱਲਦਾ ਪਿਆ,
ਤਾਰਾਂ ਤੂਰਾਂ ਤਾਂ ਉੱਦਾਂ ਹੀ ਲੰਘੀਆਂ ਸੀਗੀਆਂ ਹਰ ਸਾਰੇ ਪਾਸੇ। ਪੀਣਾ ਜਿਹੜਾ ਮੀਂਹ ਵਾਲਾ ਪਾਣੀ ਆ ਥੱਲੇ ਪਾਈਪਾਂ ਦੇ ਵਿੱਚ ਜਾ ਰਿਹਾ, ਤੁਹਾਨੂੰ ਪਹਿਲਾਂ ਵੀ ਸ਼ਿਕਾਇਤ ਆਈ ਹੋਏਗੀ, ਤੁਸੀਂ ਦੇਖਿਆ ਕਿ ਨਹੀਂ ਦੇਖਿਆ? ਮੈਂ ਵਾਰ ਵਾਰ ਆਪਣੇ ਅਫਸਰਾਂ ਨੂੰ ਕਿਹਾ ਵੀ ਸਾਡੇ ਕੋਟਮੰਗਲ ਸਿੰਘ ਜਦੋਂ ਬਰਸਾਤ ਆਉਂਦੀ ਹੈ ਗੰਦਾ ਪਾਣੀ ਪੀਂਦਾ, ਲੋਕਾਂ ਨੂੰ ਪੀਣ ਵਾਲਿਆਂ ਨੂੰ ਗੰਦਾ ਪਾਣੀ ਮਿਲਦਾ ਤਾਂ ਕੋਈ ਹੱਲ ਕਰੋ। ਉਹ ਹਲੋ ਹੱਥ ਖੜੇ ਕਰ ਦਿੰਦਾ ਜੀ, ਸਾਨੂੰ ਇਹ ਪਤਾ ਨਹੀਂ ਲੱਗਦਾ ਵੀ ਪਾਣੀ ਆ ਕਿੱਥੋਂ ਰਿਹਾ। ਜਦੋਂ ਸੀਵਰੇਜ ਭਰਦੇ ਨੇ ਕਿਸੇ ਕਨੈਕਸ਼ਨ ਟੁੱਟਾ ਜਾਂ ਕੀ ਦਿਖ ਰਿਹਾ, ਅੰਦਰ ਪਾਣੀ ਅੰਦਰ ਜਾ ਰਿਹਾ, ਇੱਧਰ ਨਹੀਂ ਆ ਰਿਹਾ, ਆਪਣਾ ਬੋਰ ਦਾ ਪਰਲੇ ਪਾਸੇ ਆ। ਚੀਮਾ ਸਾਹਿਬ, ਚੀਮਾ ਸਾਹਿਬ ਲੋਕਾਂ ਦੇ ਇਹ ਕਹਿਣਾ ਵੀ ਕਹਿੰਦਾ ਜਦ ਦੇ ਅਸੀਂ ਕਹਿੰਦਾ ਇੱਥੇ ਲੁਧਿਆਣੇ 'ਚ ਕਹਿੰਦਾ ਆਪਾਂ ਕੋਟਮੰਗ 'ਚ ਰਹਿ ਰਹੇ ਹਾਂ 35-35 40-40 ਸਾਲ ਤੋਂ, ਉਹੀ ਹਾਲ ਅੱਜ ਤੱਕ ਰਹੇ ਆ ਇੱਥੇ, ਚਾਹੇ ਐਮ ਐਲ ਏ ਸਾਡੇ ਨਾਲ ਦੇ ਸੀਗੇ, ਤੁਸੀਂ ਕੌਂਸਲ 10 ਸਾਲ ਰਹੇ ਹਾਂ, ਪਾਣੀ ਦਾ ਇੱਥੇ ਕੋਈ ਨਿਕਾਸੀ ਨਹੀਂ ਨਿਕਲੀ ਹੋਇਆ ਇੱਥੇ ਤੱਕ। ਪਾਣੀ ਤਾਂ ਜਦੋਂ ਪਤਾ ਹੀ ਹੈ 4-5 ਸਾਲ ਬਾਅਦ ਰੋਡ ਬਣ ਜਾਂਦੀ ਹੈ, ਕੋਈ ਰੋਡ ਨੂੰ ਪੱਟ ਕੇ ਵਢਾਉਂਦੇ ਨਹੀਂ, ਔਖੀਆਂ ਹੋ ਜਾਂਦੀ ਹੈ, ਪਾਣੀ ਦਾ ਨਿਕਾਸਾ ਕੋਈ ਨਹੀਂ ਬਣਦਾ ਪਿਆ, ਅਸੀਂ ਦੇਖ ਰਹੇ ਹਾਂ ਕਿੰਨੇ ਚਿਰ ਤੋਂ। ਤੁਸੀਂ ਕਹਿ ਕੇ ਵੀ ਬਣਵਾ ਸਕਦੇ ਜਿਹਨੇ ਵੀ ਪੱਟੋ ਕੋਈ ਨਹੀਂ ਜੀ, ਬਣ ਗਿਆ ਸੜਕਾਂ ਬਣਾਉਂਦੇ ਨਹੀਂ, ਜਿਹੜਾ ਨੂੰ ਕਰਿਆ ਪੱਟ ਕੇ ਮਿਰਚੀ ਲੈ ਜਾਓ ਫਿਰ ਉਸ ਲੈਵਲ ਤੋਂ ਬਣਾਓ, ਉਹ ਕਰਦਾ ਹੀ ਨਹੀਂ। ਜਿਹੜਾ ਸੀਵਰੇਜ ਪੁਰਾਣੇ ਸੀਵਰੇ ਪੈਣ 35-35 40-40 ਸਾਲ ਪਹਿਲਾਂ ਪੈਣ, ਦੁਬਾਰਾ ਉਹਦਾ ਸੀਵਰੇਜ ਉੱਪਰ ਹੋ ਕੇ ਵੀ ਬਣ ਸਕਦੇ, ਇਹਨਾਂ ਨੂੰ ਚਾਹੀਦਾ ਸੀਵਰੇਜ ਪਾਉਣਾ, ਪਰ ਇਹਨਾਂ ਦਾ ਇੱਕ ਅਸੂਲ ਆ ਵੀ ਸੀਵਰੇਜ ਉੱਪਰ। ਭਾਜੀ ਕੀ ਨਾਮ ਆ ਤੁਹਾਡਾ? ਮੈਂ ਜੀ ਬਿੱਟੂ ਲੰਬਰਦਾਰ ਆ ਜੀ, ਇੱਥੇ ਲੰਬਰਦਾਰ ਜੀ, ਅੱਜ ਕਿਤੇ ਵਾਰਡ ਨੰਬਰ 40 'ਚ ਜੀ, ਸੀ ਜੋਨ ਜੀ, ਤੇ ਅੱਜ ਇਹ ਸ਼ੈੱਡ ਡਿੱਗਿਆ ਵਾ, ਇਹ ਕਿਸ ਤਰ੍ਹਾਂ ਡਿੱਗਿਆ, ਕੀ ਕਾਰਨ? ਸਰ ਅਸੀਂ ਨਾ ਵਾਰਡ ਦੇ ਵਿੱਚ ਸਫਾਈ ਕਰਾ ਰਹੇ ਸੀਗੇ, ਸਫਾਈ ਕਰਾਉਂਦੇ ਕਰਾਉਂਦੇ ਜੀ ਕੁਦਰਤੀ 9 ਵਜੇ ਦੇ ਕਰੀਬ ਮੀਂਹ ਆਉਣ ਲੱਗ ਗਿਆ, ਮੀਂਹ ਹੋ ਗਿਆ ਜੀ ਤੇਜ਼, ਤੇ ਜਦੋਂ ਤੇਜ਼ ਹੋਣ ਲੱਗ ਗਿਆ ਜੀ ਅਸੀਂ ਏਰੀਏ ਦੇ ਵਿੱਚੋਂ ਆ ਗਏ ਸ਼ੈੱਡ ਥੱਲੇ, ਵੀ ਬਰਸਾਤ ਪੈਰ ਲੱਗ ਗਈ ਵੀ ਮੀਂਹ ਦੇ ਵਿੱਚ ਅਸੀਂ ਬਿਮਾਰ ਹੋ ਸਕਦੇ ਹਾਂ, ਇਹਦੇ ਕਰਕੇ ਅਸੀਂ ਸ਼ੈੱਡ ਥੱਲੇ ਆ ਗਏ। ਸ਼ੈੱਡ ਥੱਲੇ ਅਸੀਂ ਘੱਟ ਤੋਂ ਘੱਟ 9 ਤੋਂ 10 ਬੰਦੇ ਸੀਗੇ ਜੀ, ਤੇ ਆਹ ਡਰਾਈਵਰ ਮੁੰਡਾ ਜੀ ਰਾਜਵਿੰਦਰ ਜੀ, ਉਹ ਡਰਾਈਵਰ ਮੁੰਡੇ ਨੂੰ ਮੈਂ ਕਿਹਾ ਵੀ ਟਰੈਕਟਰ ਇੱਧਰ ਕਰਕੇ ਨਾ ਇੱਧਰ ਲਾ ਦੇ, ਅਸੀਂ ਇਹ ਰਿਕਸ਼ੇ ਲਾ ਦਾਂਗੇ ਇੱਧਰ, ਇਹ ਰਿਕਸ਼ੇ ਲਾ ਤੇ ਜੀ ਇੱਧਰਲੇ ਪਾਸੇ ਟਰੈਕਟਰ ਉਹਦਾ ਉੱਧਰਲੇ ਪਾਸੇ ਖੜਾ ਤਾ, ਤੇ ਅਸੀਂ ਇੱਥੇ ਇਕੱਠੇ ਹੋ ਗਏ, ਤੇ ਇਕੱਠੇ ਹੋਣ ਤੋਂ ਬਾਅਦ ਜੀ ਇੱਕਦਮ ਤੋਂ ਨਾ ਉੱਤੋਂ ਮਤਲਬ ਜਦੋਂ ਐ ਲੱਗਿਆ ਕਿ ਬਿਜਲੀ ਕੜਕੀ ਆ, ਵੀ ਅਸੀਂ ਇੱਕਦਮ ਤੋਂ ਬਿਜਲੀ ਕੜਕਣ ਤੋਂ ਬਾਅਦ ਇਹ ਪੂਰੇ ਦਾ ਪੂਰਾ ਸੈੱਡ ਜੀ ਉੱਤੇ ਡਿੱਗ ਗਿਆ ਇੱਥੇ, ਤੇ ਸੈੱਡ ਜਦੋਂ ਡਿੱਗਿਆ ਵਾ ਸਾਡਾ ਇੱਕ ਬੰਦਾ ਡਰਾਈਵਰ ਆ ਜੀ ਰਾਜਵਿੰਦਰ, ਉਹਦਾ ਹੱਥ ਆ ਗਿਆ ਉਹਦੇ ਥੱਲੇ ਜੀ ਸੈੱਡ ਦੇ ਗਾਟਰ ਥੱਲੇ ਜੀ, ਤੇ ਇੱਕ ਬੰਦੇ ਨੇ ਸਾਡੇ ਸਿਰ ਤੇ ਸੱਟ ਲੱਗੀ ਆ ਜੀ, ਅਸੀਂ ਉਹ ਗਾਟਰ ਥੱਲੇ ਜਿਹੜਾ ਬੰਦਾ ਦੱਬਿਆ ਗਿਆ ਸੀ ਰਾਜਵਿੰਦਰ ਉਹਨੂੰ ਜ਼ੋਰ ਲਾ ਕੇ ਜੀ ਆਪ ਅਸੀਂ ਉਹਨਾਂ ਨੇ 9-7 ਬੰਦਿਆਂ ਨੇ ਜ਼ੋਰ ਲਾ ਕੇ ਉਹਨੂੰ ਕੱਢਿਆ, ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਬਾਹਰ ਲਿਆਂਦਾ, ਸਾਡੀਆਂ ਸਾਰੀਆਂ ਮੋਟਰਸਾਈਕਲ ਡੈਮੇਜ ਹੋ ਗਈਆਂ ਜੀ, ਸਾਡੇ ਸਾਰੇ ਜਿਹੜੇ ਇਹ ਰਿਕਸ਼ੇ ਮਿਲੇ ਹੋਏ ਨੇ ਜੀ ਉਹਨਾਂ ਦੇ ਉੱਤੇ ਸਾਰਾ ਸੈੱਡ ਡਿੱਗ ਗਿਆ ਜੀ, ਹੁਣ ਇਹ ਬਾਅਦ 'ਚ ਦੇਖਾਂਗੇ ਜੀ ਵੀ ਕਿੰਨਾ ਨੁਕਸਾਨ ਹੋਇਆ, ਪਰ ਸਾਨੂੰ ਲਗਭਗ ਸਾਨੂੰ ਪਤਾ ਜੀ ਸਾਡੀਆਂ ਬਾਈਕਾਂ ਦਾ ਡੈਮੇਜ ਹੋ ਗਿਆ ਜੀ, ਜਿਹੜੇ ਤੁਹਾਡੀ ਜਾਨ ਬਚ ਗਈ ਸਭ ਤੋਂ ਵੱਡੀ ਗੱਲ ਤੇ। ਹਾਂਜੀ, ਗੁਰੂ ਮਹਾਰਾਜ ਦੀ ਇਹ ਕਿਰਪਾ ਰਹੀ ਹੈ ਸਾਡੇ 'ਤੇ, ਸਾਡਾ ਪਰਿਵਾਰ ਜਿਹੜਾ ਮੁਲਾਜ਼ਮ ਭਾਈਚਾਰਾ ਇਹ ਸਾਰਾ ਠੀਕ ਠਾਕ ਆ ਜੀ, ਕੀ ਮੰਗ ਜੀ ਅਸੀਂ ਆ ਜੀ, ਕੀ ਮੰਗ ਕਰਦੇ ਹੋ? ਅਸੀਂ ਮੰਗ ਇਹ ਕਰਦੇ ਹਾਂ ਜੀ ਗੁਰੂ ਮਹਾਰਾਜ ਵੀ ਸਭ ਤੋਂ ਪਹਿਲਾਂ ਸਾਡੀ ਜਾਨ ਬਚ ਗਈ, ਅਸੀਂ ਇਹ ਮੰਗ ਕਰਦੇ ਹਾਂ ਵੀ ਸਾਡੇ ਜਿਹੜੇ ਗਰੀਬ ਆ ਜੀ ਇਹਨਾਂ ਨੂੰ 7-7 ਮਹੀਨੇ ਹੋ ਗਏ ਜੀ, ਪਹਿਲਾਂ ਹੀ ਤਨਖਾਹ ਨਹੀਂ ਮਿਲੀ ਹੈਗੀ ਜੀ, ਤੇ ਇਹਨਾਂ ਦੀ ਜਿਹੜੀ ਬਾਈਕਾਂ ਵਗੈਰਾ ਡੈਮੇਜ ਹੋਈ ਆ ਜਾਂ ਜਿਹੜਾ ਨੁਕਸਾਨ ਹੋਇਆ ਜੀ ਉਹਦੀ ਭਰਪਾਈ ਹੋ ਜਾਵੇ, ਬਸ ਇੰਨੀ ਕੁ ਬੇਨਤੀ। ਮੌਜੂਦਾ ਆਲਾ ਅਧਿਕਾਰੀ ਪਹੁੰਚੇ? ਨਹੀਂ, ਅਸੀਂ ਜੀ ਆਪਣੇ ਆਲੇ ਅਧਿਕਾਰੀਆਂ ਨੂੰ, ਅਸੀਂ ਆਪਣੇ ਜਿਹੜੇ ਸੀਨੀਅਰ ਅਧਿਕਾਰੀ ਆ ਜਾਂ ਸਾਡੇ ਐਕਸ ਵਾਰਡ ਦੇ ਕੌਂਸਲਰ ਸਾਹਿਬ ਰਹੇ ਆ ਜਾਂ ਸਾਡੇ ਜਿੰਨੇ ਵੀ ਪ੍ਰਧਾਨ ਨੇ ਵੱਖ ਵੱਖ ਪਾਰਟੀਆਂ ਦੇ ਲਗਭਗ ਜੀ ਅਸੀਂ ਸਾਰਿਆਂ ਨੂੰ ਕਹਿ ਚੁੱਕੇ ਹਾਂ ਵੀ ਸਾਡਾ ਇੱਦਾਂ ਸੈੱਡ ਡਿੱਗ ਗਿਆ ਜੀ, ਸਾਡੇ ਬੰਦਿਆਂ ਦੇ ਜਾਲੇ ਤੇ ਮਾਲੀ ਨੁਕਸਾਨ ਹੋਇਆ ਜੀ। ਹਜੇ ਤਾਂ ਜੀ ਦੇਖੋ ਆਪ ਜੀ ਆਏ ਹੋ, ਆਪ ਜੀ ਨੇ ਹੀ ਸਾਡੀ ਗੱਲ ਅੱਗੇ ਪਹੁੰਚਾਣੀ ਆ, ਸੋ ਆਪ ਜੀ ਦਾ ਵੀ ਮੀਂਹ ਬਹੁਤ ਪੈ ਰਿਹਾ ਜੀ, ਆਪ ਜੀ ਦਾ ਬਹੁਤ। ਮੌਜੂਦਾ ਵਿਧਾਇਕ ਕੌਣ ਨੇ? ਹਾਂਜੀ, ਮੌਜੂਦਾ ਵਿਧਾਇਕ ਕੌਣ ਨੇ? ਇਹ ਮੌਜੂਦਾ ਵਿਧਾਇਕ ਤਾਂ ਜੀ ਐਮ ਐਲ ਏ ਸ਼ੀਨਾ ਜੀ ਆ ਸਾਡੇ। ਉਹਨਾਂ ਨਾਲ ਗੱਲ ਹੋ ਗਈ? ਨਹੀਂ, ਉਹਨਾਂ ਨਾਲ ਨਹੀਂ ਹੋਈ ਜੀ, ਅਸੀਂ ਉਹਨਾਂ ਦਾ ਨਾਂ ਸਾਡੇ ਕੋਲ ਨੰਬਰ ਹੈ ਜੀ, ਤੇ ਅਸੀਂ ਜਿਹੜੇ ਉਹਨਾਂ ਦੇ ਮਤਲਬ ਇੱਧਰ ਪ੍ਰਧਾਨ ਨੇ ਜੀ, ਅਸੀਂ ਉਹਨਾਂ ਨੂੰ ਜਾਣੂ ਕਰਵਾਤਾ ਇਸ ਗੱਲ ਪੱਖੋਂ। ਕਿੰਨਾਂ ਨੂੰ ਕਰਾਇਆ? ਗੌਰਵ ਜੀ? ਨਹੀਂ, ਉਹਨਾਂ ਦੇ ਫਾਦਰ ਸਾਹਿਬ ਨੂੰ ਫੋਨ ਕੀਤਾ ਸੀਗਾ ਜੀ, ਤੇ ਉਹਨਾਂ ਨੂੰ ਅਸੀਂ ਜਾਣੂ ਕਰਵਾਤਾ, ਤੇ ਬਾਕੀ ਜੀ ਹੁਣ ਦੇਖੋ।
ਹਾਂਜੀ, ਕੀ ਨਾਮ ਹੈ ਤੁਹਾਡਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਰਵਿੰਦਰ ਸਿੰਘ ਸੈਣੀ। ਅੱਜ ਆਹ ਇੱਥੇ ਜੋ ਟੂਬਲ ਦੇ ਉੱਤੇ ਆ ਸ਼ੈੱਡ ਡਿੱਗਿਆ, ਇਹ ਦੇਖਣ ਲਈ ਆਏ ਹਾਂ। ਜਦੋਂ ਸਵੇਰੇ ਪਤਾ ਲੱਗਿਆ ਕਿ ਸ਼ੈੱਡ ਡਿੱਗਿਆ ਅਤੇ ਦੇਖਣ ਲਈ ਪਹੁੰਚਿਆ, ਪੱਪੀ ਭਾਜੀ ਅਤੇ ਪੂਰੇ ਹੋਰ ਪਤਵੰਤੇ ਸੱਜਣ ਨੇ, ਅਤੇ ਆ ਕੇ ਪਹਿਲਾਂ ਸਭ ਤੋਂ ਪਹਿਲਾਂ ਰੱਬ ਦਾ ਬਹੁਤ ਬਹੁਤ ਸ਼ੁਕਰਾਨਾ ਕਰਦੇ ਹਾਂ ਵੀ ਅੱਜ ਕੋਈ ਇੱਥੇ ਜਾਨੀ ਨੁਕਸਾਨ ਨਹੀਂ ਹੋਇਆ। ਅੱਜ ਜੇਕਰ ਥੱਲੇ ਇਹਦੇ ਕਨਵੀਨਸ ਵਗੈਰਾ ਨਾ ਖੜ੍ਹੇ ਹੁੰਦੇ, ਮੇਰੇ ਹਿਸਾਬ ਨਾਲ ਬਹੁਤ ਵੱਡੀ ਦੁਰਘਟਨਾ ਵਾਪਰ ਸਕਦੀ ਸੀ। ਪਰ ਰੱਬ ਦਾ ਬਹੁਤ ਬਹੁਤ ਸ਼ੁਕਰ ਆ ਕਿ ਥੋੜੀਆਂ ਬਹੁਤੀਆਂ ਸੱਟਾਂ ਤੋਂ ਇਲਾਵਾ ਮੇਜਰ ਨੁਕਸਾਨ ਨਹੀਂ ਹੋਇਆ। ਪਰ ਇਹ ਬਹੁਤ ਵੱਡੀ ਤ੍ਰਾਸਦੀ ਆ ਪਿਛਲੇ ਲੰਬੇ ਸਮੇਂ ਤੋਂ ਜਦੋਂ ਤੋਂ ਇਹ ਟੂਬਲ ਬਣਿਆ, ਕਿ ਜਿਹੜੇ ਵੀ ਬੰਦੇ ਨੇ ਇਹਦੀ ਉਸਾਰੀ ਕਰਾਈ ਆ ਜਾਂ ਆਪਣੀ ਨਿਗਰਾਨੀ ਹੇਠ ਕਰਾਇਆ, ਉਹਨੇ ਸੁਰੱਖਿਆ ਵੱਲੋਂ ਕੋਈ ਵੀ ਧਿਆਨ ਨਹੀਂ ਰੱਖਿਆ। ਕਿਉਂਕਿ ਜਿਹੜੇ ਸਾਡੇ ਸਫਾਈ ਮੁਲਾਜ਼ਮ ਨੇ ਉਹਨਾਂ ਦੇ ਉੱਤੇ ਸਾਡੇ ਪੂਰੇ ਇਲਾਕੇ ਦਾ, ਸਾਡੇ ਪੂਰੇ ਵਾਰਡ ਦਾ ਸਫਾਈ ਦਾ ਜ਼ੁੰਮਾ ਹੁੰਦਾ। ਕਿਉਂਕਿ ਜੇਕਰ ਅਸੀਂ ਉਹਨਾਂ ਦੀ ਵੀ ਸੁਰੱਖਿਆ ਨਹੀਂ ਕਰ ਸਕਦੇ ਤਾਂ ਆਮ ਲੋਕਾਂ ਦੀ ਤਾਂ ਕੀ ਕਰਨੀ ਆ। ਅਤੇ ਬਾਕੀ ਹੁਣ ਇਹ ਹਾਦਸਾ ਹੋਏ ਨੂੰ ਵੀ ਮੇਰੇ ਹਿਸਾਬ ਨਾਲ ਵਾਹਵਾ ਸਮਾਂ ਹੋ ਗਿਆ, ਸਾਰੇ ਗਰੁੱਪਾਂ ਦੇ ਵਿੱਚ ਫੋਟੋਆਂ ਪੈ ਗਈਆਂ। ਹਜੇ ਜਿਹੜੀ ਮੌਜੂਦਾ ਸਰਕਾਰ ਆ ਉਹਦਾ ਕੋਈ ਵੀ ਨੁਮਾਇੰਦਾ, ਕਿਉਂਕਿ ਉੱਦਾਂ ਤਾਂ ਬੜਾ ਸਮਝ ਲਓ ਵੀ ਹੁੰਮ ਹੁਮਾ ਕੇ ਅੱਗੇ ਪਹੁੰਚ ਜਾਂਦੇ ਨੇ, ਜਦੋਂ ਕੋਈ ਇੱਦਾਂ ਹੀ ਦੁਰਘਟਨਾ ਹੁੰਦੀ ਆ ਉਹਦੀ ਸਾਰ ਲੈਣ ਲਈ ਕੋਈ ਵੀ ਹਜੇ ਤੱਕ ਨਹੀਂ ਪਹੁੰਚਿਆ। ਵੀ ਆਪਣੇ ਜਿਹੜੇ, ਕਿਉਂਕਿ ਮੁਲਾਜ਼ਮ ਨੇ ਇਹ ਸਰਕਾਰੀ ਮੁਲਾਜ਼ਮ ਨੇ, ਆਪਣੇ ਮੁਲਾਜ਼ਮਾਂ ਦੀ ਜਿਹੜਾ ਆਪਣੇ ਵਰਕਰਾਂ ਦੀ ਸਾਰ ਲੈਣ ਲਈ ਨਹੀਂ ਪਹੁੰਚ ਸਕਦਾ, ਉਹਨੇ ਆਮ ਲੋਕਾਂ ਦੀ ਤਾਂ ਕੀ ਲੈਣੀ ਆ। ਇਸ ਲਈ ਮੈਂ ਸਭ ਤੋਂ ਪਹਿਲਾਂ ਤਾਂ ਇਹ ਕਹਿੰਦਾ ਵੀ ਜਿਹੜੀਆਂ ਵੀ ਕੋਈ ਇਹੋ ਜਿਹੀਆਂ ਬਿਲਡਿੰਗਾਂ ਪੁਰਾਣੀਆਂ ਬਣੀਆਂ ਹੋਈਆਂ ਨੇ ਜਾਂ ਟੂਬਲਾਂ ਦੇ ਉੱਤੇ ਇੱਦਾਂ ਹੀ ਸ਼ੈੱਡ ਪਏ ਹੋਏ ਆ, ਉਹਨਾਂ ਦਾ ਸਭ ਤੋਂ ਪਹਿਲ ਦੇ ਆਧਾਰ ਦੇ ਉੱਤੇ ਨਿਰੀਖਣ ਕਰਕੇ ਵੀ ਅੱਜ ਨੁਕਸਾਨ ਹੋਣ ਬਚ ਗਿਆ, ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਈ ਨੁਕਸਾਨ ਨਾ ਵਾਪਰੇ। ਸਾਰਿਆਂ ਦਾ ਜੋ ਮਹਿਕਮੇ ਦੀਆਂ ਡਿਊਟੀਆਂ ਬਣਦੀਆਂ ਨੇ ਆਪਣੀਆਂ ਡਿਊਟੀਆਂ ਨਿਭਾਉਂਦੇ ਹੋਏ ਉਹਨਾਂ ਦਾ ਨਿਰੀਖਣ ਕਰਨ, ਅਤੇ ਜਿਨ੍ਹਾਂ ਦੇ ਵਿੱਚ ਜੋ ਤਰਸਯੋਗ ਹਾਲਤ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਸੁਧਾਰ ਕੀਤਾ ਜਾਵੇ। ਅਤੇ ਜਿਹੜੇ ਆਹ ਵਹੀਕਲ ਵਗੈਰਾ ਦੇਖੋ ਕਿ ਇਹਨਾਂ, ਇਹ ਵਹੀਕਲ ਦਾ ਨੁਕਸਾਨ ਜ਼ਰੂਰ ਹੋ ਗਿਆ, ਇਹਨਾਂ ਨੇ ਆਪਣਾ ਨੁਕਸਾਨ ਕਰਕੇ ਇੱਕ ਇਨਸਾਨਾਂ ਦਾ ਨੁਕਸਾਨ ਹੋਣੋਂ ਬਚਾਤਾ। ਜੇ ਤੁਸੀਂ ਦੇਖੋ ਆ ਸਾਰੇ, ਜੇ ਵਹੀਕਲ ਵਗੈਰਾ ਨਾ ਥੱਲੇ ਖੜ੍ਹੇ ਹੁੰਦੇ ਤਾਂ ਅੱਜ ਬਹੁਤ ਵੱਡਾ ਹਾਦਸਾ ਵਾਪਰ ਜਾਣਾ ਸੀ। ਅਤੇ ਇਹਨਾਂ ਦੇ ਜਿਹੜਾ ਮੁਆਵਜ਼ੇ ਦੀ ਗੱਲ ਕਰਦੇ ਪਏ ਨੇ, ਇਹ ਵੀ ਉਹਨੂੰ ਦੇਣਾ ਚਾਹੀਦਾ ਆ ਸਰਕਾਰ? ਇਹ ਮੁਆਵਜ਼ਾ ਮਿਲਣਾ ਚਾਹੀਦਾ ਜੀ, ਕਿਉਂਕਿ ਵਹੀਕਲਾਂ ਦਾ ਮੁਆਵਜ਼ਾ ਦੇਣਾ ਸੌਖਾ, ਜੇਕਰ ਵਹੀਕਲਾਂ ਦੀ ਜਗ੍ਹਾ ਇਹਨਾਂ ਦੇ ਥੱਲੇ ਬੰਦੇ ਹੁੰਦੇ ਤਾਂ ਮੈਂ ਸਮਝਦਾ ਉਹਨਾਂ ਦਾ ਤਾਂ ਮੁਆਵਜ਼ਾ ਦੇ ਹੀ ਨਹੀਂ ਸੀ ਸਕਦੀ ਸਰਕਾਰ। ਇਸ ਲਈ ਇਹ ਵਹੀਕਲਾਂ ਦਾ ਤਾਂ ਦੇਣਾ ਬਣਦਾ ਆ, ਕਿਉਂਕਿ ਇਹਨਾਂ ਦੀਆਂ ਵਿਚਾਰਿਆਂ ਦੀਆਂ ਉਨੀਆਂ ਕੁ ਤਨਖਾਹਾਂ ਹੁੰਦੀਆਂ ਨੇ, ਉਹਨਾਂ ਦੇ ਵਿੱਚ ਹੀ ਆਪਣਾ ਸਾਰਾ ਗੁਜ਼ਾਰਾ ਕਰਦੇ ਨੇ, ਠੀਕ ਹੈ। ਅਤੇ ਆਹ ਮੁਲਾਜ਼ਮ ਕਹਿ ਰਹੇ ਨੇ 9-9 ਮਹੀਨਿਆਂ ਤੋਂ ਤਨਖਾਹਾਂ ਤੱਕ ਨਹੀਂ ਮਿਲੀਆਂ, ਅਤੇ ਉੱਦਾਂ ਵੱਡੇ ਵੱਡੇ ਵਾਅਦੇ ਕਰਦੀ ਆ ਸਰਕਾਰ ਕਿ ਅਸੀਂ ਆਹ ਬਦਲਾਅ ਕਰਤਾ, ਉਹ ਬਦਲਾਅ ਕਰਤਾ। ਮੈਂ ਕਹਿੰਦਾ ਸਰਕਾਰ ਨੂੰ ਮੈਂ ਬੇਨਤੀ ਕਰਦਾ, ਵੱਡੇ ਬਦਲਾਵਾਂ ਨਾਲੋਂ ਪਹਿਲਾਂ ਜ਼ਮੀਨੀ ਲੈਵਲ ਤੋਂ ਸ਼ੁਰੂ ਕਰੋ, ਤਾਂ ਕਿ ਜ਼ਮੀਨ ਲੈਵਲ ਤੋਂ ਜਿਹੜੇ ਲੋਕਾਂ ਦੇ ਕਾਰਜ ਕੰਮ ਕਾਰ ਚੱਲ ਸਕਣ ਅਤੇ ਆਮ ਲੋਕਾਂ ਦੀ ਜੀਵਨ ਜਿਹੜੀ ਆ ਸੁਖਦਾਈ ਹੋ ਸਕੇ, ਪਹਿਲਾਂ ਉੱਥੋਂ ਸ਼ੁਰੂਆਤ ਕਰੋ। ਬਾਅਦ 'ਚ ਉੱਪਰਲੇ ਮਗਰਮੱਛ ਜਿਹੜੇ ਫੜਨੇ ਉਹ ਤੁਸੀਂ ਫੜੀ ਜਾਇਓ, ਜਿਨ੍ਹਾਂ ਦੀ ਤੁਸੀਂ ਵੱਡੀਆਂ ਵੱਡੀਆਂ ਇਨਕੁਆਇਰੀਆਂ ਕਰਨੀਆਂ ਉਹ ਕਰੀ ਜਾਇਓ। ਉਹ ਬਾਅਦ ਦਾ ਚੈਪਟਰ ਆ, ਪਹਿਲਾਂ ਲੋਕਾਂ ਨੇ ਜਦੋਂ ਤੁਹਾਨੂੰ ਜਿਤਾ ਕੇ ਪਾਵਰ ਦਿੱਤੀ ਆ ਉਹਨਾਂ ਦਾ ਪਹਿਲਾਂ, ਸਭ ਤੋਂ ਪਹਿਲਾਂ ਉਹਨਾਂ ਦਾ ਖਿਆਲ ਰੱਖੋ। ਇੰਨੀਆਂ ਗੱਲਾਂ